ਅਸਲਾਮ ਵਾਲੇਕੁਮ ਦੋਸਤੋ ਮੈਂ ਲਾਲਾ ਵਕਾਰ ਤੇ ਅੱਜ ਮੈਂ ਬਾਗ ਦੇ ਵਿੱਚ ਆਇਆ ਸੀਗਾ ਮੈਂ ਕਿਹਾ ਜਰਾ ਕੁ ਦੋਸਤਾਂ ਨੂੰ ਬਾਗ ਦਾ ਵਿਜ਼ਿਟ ਕਰਵਾ ਦਈਏ ਇਹ ਅਮਰੋਦਾ ਦਾ ਬਾਗ ਆ ਮਾਸ਼ੱਲਾ ਤੇ ਸੈਰ ਕਰਨ ਨੂੰ ਦਿਲ ਕਰੇ ਤੇ ਇੱਥੇ ਬੰਦਾ ਆ ਜਾਂਦਾ ਤੁਸੀਂ ਵੀ ਮੋਸਟ ਵੈਲਕਮ ਕਿਸੇ ਨੇ ਆਉਣਾ ਹੋਵੇ ਤੇ ਆ ਸਕਦੇ ਹੋ ਤੇ ਇਹ ਮਾਸ਼ੱਲਾ ਬਾਗ ਅਸੀਂ ਲਾਇਆ ਸੀ ਇਹ ਅੱਲਾ ਖੈਰ ਕਰੇ ਤੇ ਹੁਣ ਜਵਾਨ ਆ ਅੱਛਾ ਬਾਗ ਵੱਲ ਦੇਖ ਕੇ ਤੇ ਮੈਂ ਇੱਕ ਤੁਹਾਨੂੰ ਗੱਲ ਦੱਸਦਾ ਵਾਂ ਕਿ ਸਾਡਾ ਇੱਕ ਨਾ ਬਣ ਚੁੱਕਿਆ ਵਾ ਸਾਡੇ ਜਾਨੀ ਕਿ ਮਾਸ਼ਰੇ ਦੇ ਵਿੱਚ ਇਹ ਗੱਲ ਹੋ ਸਕਦੀ ਹੈ ਹਸਦ ਬਹੁਤ ਜ਼ਿਆਦਾ ਹੋ ਗਿਆ ਤੇ ਦੋਸਤੋ ਹਸਦ ਨਹੀਂ ਕਰਨਾ ਚਾਹੀਦਾ ਅਸੀਂ ਆਪਣੇ ਆਪ ਨੂੰ ਖੁਦ ਹੀ ਤੰਗੀ ਦੀ ਤਰਫ ਲੈ ਗਏ ਆ ਉਹਦੇ ਵੱਲ ਦੇਖਿਆ ਹੈ ਇਹ ਥੋੜਾ ਜਿਹਾ ਉੱਤੇ ਚਲਾ ਗਿਆ ਅਸੀਂ ਉਹਦੇ ਨਾਲ ਦੇਖ ਦੇ ਕੇ ਸਾੜਨਾ ਸ਼ੁਰੂ ਕਰ ਦਿੱਤਾ ਅਸੀਂ ਬਜਾਏ ਫਾਇਦੇ ਦੇ ਆਪਣਾ ਨੁਕਸਾਨ ਕਰਨ ਦੇ ਅਗਲੇ ਦਾ ਕੋਈ ਨਹੀਂ ਕਿਉਂਕਿ ਅੱਲਾਹ ਦੀ ਜ਼ਾਤ ਨੇ ਕੁਰਾਨ ਚ ਫਰਮਾਇਆ ਕਿ ਵਾਤੋ ਇਜ਼ਮਨ ਤਸ਼ਾਵਤ ਉਜ਼ਲ ਮਨ ਤਸ਼ਾ ਜਿਹਨੂੰ ਚਾਹਾਂ ਹਿਸਤਾਂ ਦੇਵਾ ਤੇ ਜਿਹਨੂੰ ਚਾਹਾਂ ਜ਼ਿਲਤ ਅੱਲਾਹ ਦੀ ਜ਼ਾਤ ਹੀ ਇੱਜ਼ਤ ਦੇਣ ਵਾਲੀ ਹੈ ਅੱਲਾਹ ਦੀ ਜ਼ਾਤ ਹੀ ਜ਼ਿਲਤ ਦੇਣ ਵਾਲੀ ਤੇ ਅਸੀਂ ਜੇ ਕੋਈ ਸਾਡਾ ਭੈਣ ਭਰਾ ਵਾ ਯਾਰ ਉਹ ਜੇ ਉੱਤੇ ਜਾਂਦਾ ਤੇ ਅਸੀਂ ਉਹਨੂੰ ਦੇਖ ਕੇ ਕਹਿੰਨੇ ਆ ਕਿ ਇਹ ਨੂੰ ਕਿਸੇ ਤਰੀਕੇ ਨਾਲ ਥੱਲੇ ਨੂੰ ਖਿੱਚੀਏ ਉਹਨੂੰ ਥੱਲੇ ਨੂੰ ਕੋਈ ਖਿੱਚਣਾ ਅਸੀਂ ਥੱਲੇ ਆ ਜੰਨੇ ਆ ਤੇ ਅੱਲਾਹ ਦੀ ਜ਼ਾਤ ਵੀ ਉਦੋਂ ਖੁਸ਼ ਹੁੰਦੀ ਹੋਏ ਕਿ ਜਦੋਂ ਅਸੀਂ ਕਿਸੇ ਨੂੰ ਅੱਲਾਹ ਦੀ ਜ਼ਾਤ ਪਾਕ ਇੱਜ਼ਤ ਦਿੰਦੀ ਤੇ ਅਸੀਂ ਉਹਨੂੰ ਖਿੱਚਣ ਦੀ ਕੋਸ਼ਿਸ਼ ਕਰਦੇ ਹਾਂ ਤੇ ਅੱਲਾਹ ਦੀ ਜ਼ਾਤ ਕਹਿੰਦੀ ਹੋਵੇਗੀ ਦਿੱਤੀ ਤੇ ਇੱਜ਼ਤ ਮੈਂ ਆ ਤੂੰ ਖਿੱਚ ਸਕਦਾ ਇਹ ਨਹੀਂ ਹੋ ਸਕਦਾ ਇਸੇ ਤਰ੍ਹਾਂ ਹੀ ਜੇ ਕਿਸੇ ਕੋਈ ਜ਼ਲੀਲ ਹੋ ਰਿਹਾ ਹੋਵੇ ਅੱਲਾਹ ਦੀ ਜ਼ਾਤ ਦੀ ਤਰਫੋਂ ਅਸੀਂ ਉਹਨੂੰ ਫਿਰ ਵੀ ਸਪੋਰਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵੈਸੇ ਲੇਕਿਨ ਅਗਰ ਅੱਲਾਹ ਦੀ ਪਾਕ ਦੀ ਜ਼ਾਤ ਜਦੋਂ ਕਿਸੇ ਨੂੰ ਜ਼ਲੀਲ ਕਰਦੀ ਹੈ ਨਾ ਜਦੋਂ ਅਸੀਂ ਚਾਹੀਏ ਪੈਨ ਸਪੋਰਟ ਕਰੀਏ ਨਹੀਂ ਉਦੋਂ ਉਹਨੂੰ ਵੀ ਅਸੀਂ ਵੀ ਨਹੀਂ ਕਰ ਸਕਦੇ ਅੱਲਾਹ ਦੀ ਜ਼ਾਤ ਪਾਕ ਕਹਿੰਦੀ ਕਿ ਇਹਨੂੰ ਜ਼ਲੀਲ ਵੀ ਮੈਂ ਹੀ ਕਰ ਰਿਹਾ ਹਾਂ ਇਸੇ ਤਰ੍ਹਾਂ ਮੇਰੇ ਭਾਈਓ ਕਿ ਕਿਡੀਆਂ-ਕਡੀਆਂ عظیم ਹਸਤੀਆਂ ਸੀ ਹਸਦ ਨਹੀਂ ਸੀ ਰਸ਼ਕ ਕਰਦੀਆਂ ਸੀ ਹੁਣ ਅਜ਼ਰਤ ਉਮਰ ਫਰੂਗ ਰਜ਼ੀ ਅੱਲਾਹ ਤਾਲਾ ਨੇ ਫਰਮਾਉਂਦੇ ਕਿ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਕਿ ਅਬੂ ਬਕਰ ਸਦੀਕ ਨਾਲੋਂ ਅਮਾਲ ਦੇ ਵਿੱਚ ਮੈਂ ਅੱਗੇ ਚੱਲਾ ਜਾਵਾਂ ਲੇਕਿਨ ਜਦੋਂ ਵੀ ਕੋਈ ਫੈਸਲਾ ਹੋਇਆ ਜਦੋਂ ਵੀ ਕਿਤੇ ਕਚਹਿਰੀ ਜੀ ਜਾਂ ਕਿਤੇ ਵੀ ਗੱਲ ਹੋਈ ਤੇ ਉਹ ਅਬੂ ਬਕਰ ਸਦੀਕ ਮੇਰੇ ਤੋਂ ਅੱਗੇ ਹੀ ਰਹਿ ਆਪਨੇ ਰਸ਼ਕ ਕੀਤਾ ਹਸਦ ਨਹੀਂ ਕੀਤਾ ਜਿਸ ਤਰ੍ਹਾਂ ਕਿ ਇੱਕ ਦਫਾ ਜੰਗ ਦਾ ਮੌਕਾ ਸੀ ਤੇ ਸਰਕਾਰ ਨੇ ਸਹਾਬਾਂ ਨੂੰ ਫਰਮਾਇਆ ਜਿਹੜਾ ਜਿਹੜਾ ਕੋਈ ਲਿਆ ਸਕਦਾ ਜਿੰਨੇ ਜਿੰਨਾ ਮਾਲ ਲਿਆਉਣਾ ਲੈ ਆਓ ਤੇ حضرت ਉਮਰ ਕਹਿੰਦੇ ਕਿ ਮੈਂ ਉਸ ਟਾਈਮ ਸੋਚਿਆ ਕਿ ਅੱਜ ਸ਼ਾਇਦ ਕਿ ਅਸੀਂ ਵੱਜ ਗਏ ਅੱਲਾ حضرت ਉਮਰ ਫਰੂਕ ਰਜ਼ੀ ਅੱਲਾ ਤਾਲਾ ਨੇ ਫਰਮਾਇਆ ਕਿ ਮੈਂ ਨਾ ਘਰ ਦਾ ਤਕਰੀਬਨ ਅੱਧਾ ਸਮਾਨ ਲੈ ਗਿਆ ਉੱਥੇ ਹੁਣ ਉੱਥੇ ਸਾਰੇ ਸਹਾਬਾ ਲੈ ਕੇ ਆ ਰਿਹਾ ਸੀ ਤੇ ਨਬੀ ਪਾਕ ਸੱਲ ਸੱਲਮ ਨੇ ਪੁੱਛਿਆ ਕਿ ਹਾਂ ਵੀ ਸਹਾਬਾ ਸਾਰਿਆਂ ਨੂੰ ਪੁੱਛਦੇ ਤੁਸੀਂ ਕੀ ਲੈ ਕੇ ਆਏ ਤੁਸੀਂ ਕੀ ਲੈ ਕੇ ਆਏ ਇਸੇ ਤਰ੍ਹਾਂ ਹੀ ਮੈਨੂੰ ਵੀ ਪੁੱਛਿਆ ਕਿ ਹਾਂ ਉਮਰ ਕੀ ਲੈ ਕੇ ਆਏ ਤਾਂ ਮੈਂ ਫਰਮਾਇਆ ਮੈਂ ਦੱਸਿਆ ਐ ਅੱਲਾ ਦੇ ਨਬੀ ਮੈਂ ਅੱਧਾ ਮਾਲ ਲੈ ਆਇਆ ਤੇ ਅੱਧਾ ਘਰ ਛੱਡਿਆ ਹੁਣ حضرت ابو بکر صدیق ਦੀ ਵਿਵਾਰੀ ਆ ਗਈ ਕਹਿੰਦੇ ਕਿ ਸਰਕਾਰ ਨੇ ਪੁੱਛਿਆ اے صدیق ਕੀ ਘਰ ਕੀ ਛੱਡ ਕੇ ਆਇਆ ਹੋ ਤੇ ابو بکر صدیق ਫਰਮਾਉਣ ਲੱਗੇ ਘਰ ਅੱਲਾ ਤੇ ਅੱਲਾ ਦਾ رسول ਛੱਡ ਕੇ ਆਇਆ ਕਹਿੰਦੇ ਉਸ ਟਾਈਮ ਵੀ ਮੈਂ ਦੇਖਿਆ ਤੇ ਉਹਨਾਂ ਦੀਆਂ ਸ਼ਾਨਾਂ ਕਿਤੇ ਅੱਗੇ ਸਾਡੇ ਨਾਲੋਂ ਯਾਨੀ ਕਿ ਹਮੇਸ਼ਾ ਕਹਿੰਦੇ ਮੈਂ ਕੋਸ਼ਿਸ਼ ਕਰਦਾ ਰਿਹਾ ਕਿ ਇਹਨਾਂ ਨਾਲ ਵਧਾਂ ਲੇਕਿਨ ابو بکر صدیق ਅੱਗੇ ਹੀ ਰਹੇ ਆਪਨੇ ਹਸਦ ਨਹੀਂ ਕੀਤਾ ਆਪ ਮਿਹਨਤ ਕਰਦੇ ਸੀ ਅੱਗੇ ਜਾਣ ਦੀ ਲੇਕਿਨ ਹਸਦ ਨਹੀਂ ਕੀਤਾ ਰਸ਼ਕ ਕੀਤਾ ਕਿ ਅਬੂ ਬਕਰ ਸਦੀਕ ਅੱਗੇ ਰਹਿ ਮੇਰੇ ਦੋਸਤੋ ਜਿੱਦੋਂ ਵੀ ਕੋਈ ਬੰਦਾ ਅੱਗੇ ਜਾਂਦਾ ਵਾ ਅੱਲਾ ਦੀ ਜ਼ਾਤ ਉਹਨੂੰ ਦੁਨੀਆ ਦੇ ਮਾਲ ਨਾਲ ਨਵਾਜਦੀ ਆ ਜਾਂ ਉਹਨੂੰ ਅਮਾਲ ਦੇ ਉਹਦੀ ਨੇਕੀਆਂ ਦੇ ਨਾਲ ਨਵਾਜਦੀ ਆ ਉਹ ਦੀਨ ਚ ਅੱਗੇ ਜਾਂਦਾ ਜਾਂ ਦੁਨੀਆ ਚ ਉਹ ਕਦੀ ਵੀ ਉਸ ਬੰਦੇ ਤੇ ਹਸਦ ਨਾ ਕਰੋ ਉਹਦੇ ਤੇ ਰਸ਼ਕ ਕਰੋ ਤੁਸੀਂ ਮਿਹਨਤ ਕਰੋ ਮਿਹਨਤ ਕਰੋਗੇ ਅੱਲਾ ਦੀ ਜ਼ਾਤ ਭਾਗ ਤੁਹਾਨੂੰ ਵੀ ਅੱਗੇ ਲੈ ਕੇ ਜਾਏਗੀ ਰਸ਼ਕ ਕਰਾਂਗੇ ਅਗਲਾ ਵੀ ਰਾਜ਼ੀ ਹੋਏਗਾ ਤੇ ਅੱਲਾ ਵੀ ਰਾਜ਼ੀ ਹੋਏਗਾ ਜਿੱਦੋਂ ਅਸੀਂ ਹਸਦ ਕਰਾਂਗੇ ਸਾਡੀਆਂ ਨੇਕੀਆਂ ਵੀ ਖਾ ਰਿਆ ਹਸਦ ਨੇ ਨੇਕੀਆਂ ਵੀ ਖਾ ਜਾਣੀਆਂ ਵਾ ਦੂਸਰੀ ਗੱਲ ਇਹ ਸਾਨੂੰ ਤਕਲੀਫ ਵੀ ਹੁੰਨੀ ਹਰ ਟਾਈਮ ਅਸੀਂ ਉਹਦੇ ਬਾਰੇ ਸੋਚੀ ਜਾਨਾ ਜਿੰਨਾ ਉਹਦੇ ਬਾਰੇ ਸੋਚਣਾ ਤੁਸੀਂ ਵੀ ਮਿਹਨਤ ਕਰੋ ਦੁਆ ਕਰੋ ਅੱਲਾਹ ਸੋਹਣਾ ਇਹਨੂੰ ਦਿੱਤਾ ਮੈਨੂੰ ਵੀ ਦੇ ਤੇ ਦੋਸਤੋ ਹਸਦ ਨਾ ਕਰਿਆ ਕਰੋ ਥੋੜਾ ਜਿਹਾ ਆਪਣੇ ਆਪ ਨਾਲ ਆਪਣੇ ਆਪ ਨੂੰ ਰਿਲੈਕਸ ਰੱਖੋ ਮਿਹਨਤ ਕਰੋ ਅੱਲਾਹ ਦੀ ਜ਼ਾਤ ਪਾਕ ਹਰ ਇੱਕ ਨੂੰ ਮਾਲਾ ਮਾਲ ਕਰੇ ਦੀਨ ਦੇ ਮਾਲ ਨਾਲ ਵੀ ਦੁਨੀਆ ਦੇ ਮਾਲ ਨਾਲ ਵੀ ਅੱਲਾਹ ਜੱਦ ਤੁਹਾਨੂੰ ਖੁਸ਼ ਰੱਖੇ ਫੀ ਅਮਾਨ ਅਲੈਕੁਮ ਅਸਲਾਮੁਅਲੈਕਮ